ਨੂੰ ਮਾਰਿਆ। ਸਹੀ ਹੈ, ਇਹ ਥੋੜਾ ਜਿਹਾ ਨਾ ਬੇਹੋਸ਼ ਹੋਣ ਲੱਗ ਪਈ, ਫਿਰ ਉੱਥੇ ਪੱਥਰ ਪਿਆ ਸੀ, ਪੱਥਰ ਮੈਨੂੰ ਮਾਰਿਆ ਸਿਰ ਤੇ ਜੀ, ਇਹ ਉੱਥੇ ਬੇਹੋਸ਼ ਹੋ ਗਈ। ਫਿਰ ਮੋਟਰਸਾਈਕਲ ਜਿਹਾ ਮੈਂ ਪੈਟਰੋਲ ਕੱਢਿਆ ਤੇ ਸੁੱਟਿਆ, ਜਦੋਂ ਇਹਨੂੰ ਅੱਗ ਲੱਗੀ ਤੇ ਨਹੀਂ ਪਹਿਲੇ ਪੱਥਰ ਮਾਰ ਕੇ ਨਹਿਰ ਚੋਂ ਨਹੀਂ ਸੁੱਟਦਾ? ਨਹੀਂ ਨਹੀਂ ਨਹਿਰ ਚ ਨਹੀਂ ਸੁੱਟਿਆ ਹੀ ਆ, ਜਦੋਂ ਮੈਂ ਪੱਥਰ ਮਾਰਿਆ ਨਾ ਇਹ ਬੇਹੋਸ਼ ਹੋ ਗਈ ਉੱਥੇ। ਅੱਛਾ, ਫਿਰ ਮੈਂ ਬੋਤਲ ਲਈ ਸੀ ਕੋਲ, ਮੋਟਰਸਾਈਕਲ ਜਿਹਾ ਮੈਂ ਪੈਟਰੋਲ ਕੱਢਿਆ ਇਹਦੇ ਤੇ, ਜਦੋਂ ਸੁੱਟਿਆ ਨਾ ਅੱਗ ਲਾਈ ਇਹਨੂੰ, ਜਦੋਂ ਇਹਨੇ ਸ਼ੋਰ ਮਚਾਇਆ ਉੱਥੋਂ ਮੈਂ ਭੱਜ ਗਿਆ ਫਿਰ। ਉੱਥੋਂ ਜਦੋਂ ਮੈਂ ਘਰ ਆਇਆ ਜਾਵਾਂ ਤੇ ਜਦੋਂ ਸੁਭਾ ਜੀ ਤਾਂ ਮੈਂ ਕੰਮ ਤੇ ਗਿਆ ਜਾਵਾਂ ਤੇ ਘਰ ਪੁਲਿਸ ਵਾਲੇ ਆ ਗਏ ਅਸੀਂ, ਤੇ ਫਿਰ ਬਾਈ ਘਰ ਉਹਨਾਂ ਨੇ ਫੜਿਆ ਯਾਰ, ਬਾਈ ਨੇ ਫੋਨ ਤੇ ਗੱਲ ਮੇਰੇ ਨਾਲ ਕੀਤੀ, ਮੈਂ ਪਹਿਲੇ ਨਹੀਂ ਸੀ ਮਾਰਿਆ ਕਿ ਮੈਂ ਕੁਛ ਨਹੀਂ ਕੀਤਾ ਆ। ਜਦੋਂ SHO ਸਾਹਿਬ ਨੇ ਉੱਥੇ ਮੋਟਰਵੇ ਸਿਟੀ ਕੰਮ ਤੇ ਆਏ ਹੀ ਨੇ, ਜਦੋਂ ਉਹਨਾਂ ਨੇ ਵੀਡੀਓ ਵਿਖਾਈ ਹੈ ਕਿ ਇਹ ਤੇਰਾ ਹੀ ਵਾਰ ਵਾਰ ਨਾਮ ਲੈ ਰਹੀ ਹੈ, ਸਾਰਾ ਮੈਂ ਆਪਣਾ ਜੁਰਮ ਕਬੂਲ ਕੀਤਾ ਸੀ ਕਿ ਮੈਂ ਹੀ ਉਹਨੂੰ ਮਾਰਿਆ ਯਾਰ, ਜਾਂ ਸੱਸ ਸਹੁਰੇ ਦੇ ਕਹਿਣ ਤੇ। ਘਰ ਜਾਣਾ ਲੇਕਿਨ ਗੱਲ ਜ਼ੇਨ ਨਹੀਂ ਸੀ ਹੁੰਦੇ ਵੱਲ ਹੀ ਆ। ਗਲਤ ਕੀਤਾ ਹੀ ਆ, ਗਲਤ ਕੀਤਾ। ਕਹਿਣ ਜੋ ਹੀ ਸੀ ਮੰਗਣੀ ਤੇਰੀ? ਮੰਗਣੀ ਸਾਹਿਬ ਵੀ ਪਹਿਲੇ ਘਰ ਦੇ ਨਹੀਂ ਸੀ ਮੰਨਦੇ ਹੀ ਹੈ। ਲਵ ਲਵ ਵਾਲਾ? ਹਾਂਜੀ ਲਵ। ਕਹਿਣ ਜੋ ਹੈ ਲਵ ਸਾਹਿਬ ਵੀ ਇਹ ਸਾਡੇ ਘਰ ਤੋਂ ਨਾ ਕਾਫੀ ਮਤਲਬ ਕਿ ਅੱਗੇ ਰਹਿੰਦੇ ਨਹੀਂ, ਮੈਂ ਸ਼ਟਰਿੰਗ ਕਰਨ ਗਿਆ ਸਾਂ ਇਹਨਾਂ ਦੇ ਘਰ ਦੇ ਸਾਹਮਣੇ, ਉੱਥੋਂ ਮੈਨੂੰ ਦੇਖਣਾ ਸ਼ੁਰੂ ਕੀਤਾ ਸੀ। ਫਿਰ ਉੱਥੋਂ ਇਹਨਾਂ ਨੇ ਮਕਾਨ ਕਿਰਾਏ ਤੇ ਛੱਡ ਕੇ ਸਾਡੇ ਘਰ ਦੇ ਸਾਹਮਣੇ ਗਲੀ 'ਚ ਮਕਾਨ ਇਹਨਾਂ ਨੇ ਕਿਰਾਏ 'ਤੇ ਲਿਆ, ਉੱਥੋਂ ਫਿਰ ਮੈਂ ਛੱਤ ਇਹਨਾਂ ਨੂੰ ਦੇਖਣਾ ਸ਼ੁਰੂ ਕਰਨਾ। ਫਿਰ ਇਹਨੇ ਆਪਣੀ ਮਾਂ ਨੂੰ ਦੱਸਿਆ, ਉਹ ਕੁੜੀ ਨੇ ਜਿਹਦੇ ਨਾਲ ਮਤਲਬ ਕਿ ਮੇਰੀ ਮੰਗਣੀ ਹੋਣੀ ਸੀ, ਉਹਨੇ ਆਪਣੀ ਮਾਂ ਨੂੰ ਦੱਸਿਆ, ਅਤੇ ਫਿਰ ਉਹਦੀ ਮਾਂ ਨੇ ਮੈਨੂੰ ਘਰ ਬੁਲਾਇਆ, ਅਤੇ ਫਿਰ ਉਹਨੇ ਬਹਿ ਕੇ ਸਮਝਾਇਆ ਕਿ ਠੀਕ ਹੈ ਅਸੀਂ ਕਰ ਦਾਂਗੇ। ਫਿਰ ਉਹ ਰੁਮਾਨ ਰੁਮਾਨ ਨਾਲ ਮੈਂ ਉਹਨਾਂ ਦੀ ਗਲੀ 'ਚ ਜਾਣਾ ਕਰਨਾ, ਉਹ ਗਲੀ ਜਾਂਦਿਆਂ ਜਾਂਦਾ ਫਿਰ ਉਹਨਾਂ ਦੇ ਘਰ ਮੇਰਾ ਤਿਲਕ ਆਉਣਾ ਜਾਣਾ ਸ਼ੁਰੂ ਹੋ ਗਿਆ। ਅੱਛਾ ਜੀ, 5 ਸਾਲ ਪੁਰਾਣੀ ਗੱਲ ਜੀ? ਉਦੋਂ ਨਹੀਂ ਇਰਮ ਨਜ਼ਰ ਆਈ ਤਰ? ਨਹੀਂ ਸਰ ਜੀ, ਉਦੋਂ ਇਰਮ ਬਹੁਤਾ ਨਾ ਆਪਣੇ ਮਾਮਿਆਂ ਘਰ, ਹਾਂਜੀ ਬਹੁਤਾ ਆਪਣੇ ਮਾਮਿਆਂ ਘਰ ਰਹਿੰਦੀ ਹੁੰਦੀ ਸੀ। ਅੱਛਾ, ਮਾਮਿਆਂ ਸਹੁਰਿਆਂ ਘਰ ਜੀ। ਫਿਰ ਜਦੋਂ ਤੂੰ ਉਹਨੂੰ ਫਸਾਇਆ, ਉਹਨੇ ਤੈਨੂੰ ਪੁੱਛਿਆ ਨਹੀਂ ਤੂੰ ਤੇਰੀ ਤੇ ਸ਼ਾਦੀ ਮੇਰੀ ਨਾਨ ਨਾਲ ਲੋੜੀ? ਨਹੀਂ ਸਰ, ਮੈਂ ਉਹਨੇ ਮੈਨੂੰ ਪੁੱਛਿਆ ਹੋਇਆ ਸੀ, ਮੈਂ ਉਹਨੇ ਕਿਹਾ ਤੂੰ ਕਿਸੇ ਨੂੰ ਨਹੀਂ ਦੱਸਣਾ ਆਇਆ ਸੀ, ਆਪਣੀ ਦੋਸਤੀ ਰੱਖਣੀ ਆ, ਜਦੋਂ ਹੋਏਗੀ ਉਦੋਂ ਮੈਂ ਤੈਨੂੰ ਛੱਡ ਦਾਂਗਾ। ਉਹਨੇ ਕਿਹਾ ਠੀਕ ਹੈ, ਮੈਂ ਕਿਸੇ ਨੂੰ ਨਹੀਂ ਦੱਸਾਂਗਾ। ਪਹਿਲੇ ਵੀ ਇਹ ਕੰਮ ਕਰਨਾ? ਨਹੀਂ ਨਹੀਂ, ਕੁੜੀਆਂ ਨਾਲ ਦੋਸਤੀਆਂ ਕਰਕੇ ਤੇ ਨਹੀਂ ਸਰ, ਮੈਂ ਪਹਿਲੇ ਕਦੀ ਨਹੀਂ ਇੰਜ ਕੀਤਾ। ਸ਼ਰੀਫ ਆਦਮੀ, ਅੱਛਾ ਆਦਮੀ ਜੀ ਸਰ, ਮੈਂ ਗੁਨਾਹ ਐਡਾ ਵੱਡਾ ਨਹੀਂ ਸੀ ਕਰਨਾ, ਇਹਨਾਂ ਨੇ ਕਰਵਾਇਆ ਤੇ ਬਾਅਦ ਚੋਂ ਆ ਫਰਾਰ ਹੋ ਗਏ ਸੀ। ਨਹੀਂ, ਕੋਈ ਕਿਸੇ ਨੂੰ ਕਹਿੰਦੇ ਗੁਨਾਹ ਕਰਵਾ ਸਕਦਾ? ਸਾਹਿਬ ਜੀ ਉਹਨਾਂ ਨੇ ਕਿਹਾ ਸੀ ਕਿ ਤੂੰ ਇਹ ਕੰਮ ਕਰੇਗਾ ਤੇ ਤੇਰਾ ਅਸੀਂ ਆਪਣੀ ਕੁੜੀ ਨਾਲ ਸ਼ਾਦੀ ਕਰਾਂਗੇ, ਤੇ ਮੈਂ ਉਹਨਾਂ ਦੀ ਗੱਲਾਂ 'ਚ ਆ ਕੇ ਕੰਮ ਕੀਤਾ, ਬਕਾਇਦਾ ਉਹ ਮੈਨੂੰ ਆਪਣਾ ਆਈਡੀ ਕਾਰਡ ਵੀ ਦੇ ਕੇ ਗਿਆ ਸੀ। ਕਿੰਨੀ ਉਮਰ ਹੈ ਤੇਰੀ? 21 ਸਾਲ। 21 ਸਾਲ, ਸ਼ਟਰਿੰਗ ਦਾ ਕੰਮ ਕਰ ਜੀ, ਤੇ ਨਹੀਂ ਪਤਾ ਕਿਹੜਾ ਕੰਮ ਦਾ ਕੀ ਨਤੀਜਾ ਹੁੰਦਾ? ਕੁਛ ਨਹੀਂ ਪਤਾ? ਪਤਾ ਸਰ। ਤਾਂ ਫੇਰ ਕਿਉਂ ਕੀਤਾ? ਬਸ ਸਰ, ਮੈਂ ਉਹਨਾਂ ਦੀ ਗੱਲਾਂ ਦੇ ਵਿੱਚ ਆ ਗਿਆ, ਕੰਮ ਕਰ ਬੈਠਾ ਤੇ ਜਿੰਦੀ ਸਜ਼ਾ ਮਿਲਦੀ ਪਈ। ਮਤਲਬ ਤੂੰ ਕਤਲ ਕਰਤਾ ਉਹਨੂੰ ਆਪਣੇ ਵੱਲੋਂ? ਜੀ ਸਰ, ਮੈਂ ਉਹਨੂੰ ਉਸ ਟਾਈਮ ਆਪਣੇ ਵੱਲੋਂ ਕਤਲ ਕਰਕੇ ਆਇਆ ਸਾਂ, ਲੇਕਿਨ ਅੱਗ ਲਾਤੀ ਸੀ। ਹਾਂਜੀ, ਅੱਗ ਲਾ ਦਿੱਤੀ ਸੀ। ਲੇਕਿਨ ਉਹ ਬਚ ਗਈ? ਹਾਂਜੀ, ਉਹ ਬਚ ਗਏ। ਤੇ ਫੇਰ ਕੀ ਕਰਨਾ ਸੀ ਇਸ ਤੋਂ ਬਾਅਦ? ਤੂੰ ਸ਼ਾਦੀ ਕਰਨੀ ਸੀ? ਹਾਂਜੀ, ਇਹਨਾਂ ਨੇ ਕਿਹਾ ਸੀ 2 ਮਹੀਨੇ ਬਾਅਦ ਇਹਨੂੰ ਅਸੀਂ ਆਪਣੇ ਘਰ ਲੈ ਆਵਾਂਗੇ। ਹੁਣ ਕਦੋਂ ਕਰੇਗਾ ਸ਼ਾਦੀ ਉਹਦੇ ਨਾਲ? ਹੁਣ ਸਾਹਿਬ ਜੀ, ਉਹਨਾਂ ਨੇ ਨਾ ਇੱਥੇ ਆਉਣਾ ਹੀ ਆ ਤੇ ਨਾ ਕਰਨੀ ਹੀ ਹੁਣ। ਜੇ ਆ ਵੀ ਕਹਿੰਦੇ ਨਹੀਂ ਕਰਨੀ ਹੀ ਹੈ? ਨਹੀਂ ਕਰਨੀ? ਨਹੀਂ ਸਾਹਿਬ ਜੀ। ਨਹੀਂ ਨਹੀਂ ਕਰੀ, ਐਡਾ ਵੱਡਾ ਕੰਮ ਕਿ? ਨਹੀਂ ਸਰ, ਨਹੀਂ ਕਰਨੀ ਹੀ ਹੈ। ਕਿਉਂ? ਕਿਉਂ ਨਹੀਂ ਕਰਨੀ ਸਰ ਜੀ? ਨਹੀਂ ਕਰਨੀ ਜੀ। ਵਜ੍ਹਾ ਦੱਸਣਾ। ਵਜ੍ਹਾ ਸਰ ਜੀ, ਅੱਗੇ ਉਹਨਾਂ ਨੇ ਐਡਾ ਵੱਡਾ ਕੰਮ ਕਰਵਾਇਆ ਯਾਰ, ਨਾ ਉਹਨਾਂ ਨਾਲ ਕੋਈ ਤਾਇਆ ਕਾ ਰੱਖਣਾ ਹੁਣ, ਅਤੇ ਨਾ ਇਹਨਾਂ ਨਾਲ ਸ਼ਾਦੀ ਕਰਨੀ ਹੀ ਹੈ। ਸ਼ਾਦੀ ਵਾਸਤੇ ਕੀਤਾ ਜੀ ਸਰ? ਸਾਰਾ ਕੁਛ ਸ਼ਾਦੀ ਵਾਸਤੇ ਕੀਤਾ ਜੀ ਅਸੀਂ। ਕੋਈ ਰਿਕਾਰਡ ਹੈਗਾ, ਕੋਈ ਚੀਜ਼ ਹੈਗੀ ਹੈ ਤੇਰੇ ਕੋਲ ਹੋਰ ਦੀ, ਕੋਈ ਰਿਕਾਰਡਿੰਗ ਉਹਦੇ ਆਪਣੇ ਸਹੁਰੇ ਦੀ, ਸੱਸ ਦੀ ਹੈਗੀ? ਇਹ ਸਰ ਜੀ ਮੇਰੇ ਕੋਲ ਨਹੀਂ ਜੀ ਕੁਛ ਵੀ। ਫਿਰ ਕਹਿੰਦੇ ਪਤਾ ਲੱਗੇਗਾ ਉਹਨਾਂ ਨੇ ਤੈਨੂੰ ਕਿਹਾ ਸੀ?
सर जी उन्होंने मेरा ना रात इन्होंने मोबाइल ट्रेस करके वेख्या हुआ सी नंबर ठीक है रात मेरा 3 बजे तक उन्होंने रहा हफ्ता हुंदा रहा उस तो बाद केड़े नंबर ते हुंदा रहा मेरे नंबर ते उन्होंने नाल हुंदा रहा तेरी ओ जेड़ी दोस्त जेदे नाल मंगनी कीती सी ओदे नाल करदा रहा रात नहीं नहीं उंदे घर दंदे नाल फोन करके मैं खानपुर लिजा के उत्ते मारिया कुटिया बेहोश हो गई मैं पेट्रोल सुटकन ते अग ला दी है उन्हें क्या खत्म हो गई ना मैं कहा जी उन्हें शोर मचाया से खत्म हो गई होनी मैं साहब जी वो बार बार उन्होंने यही दसिया कि मतलब असं तो तंग आए हैं तंग ये साहब जी बार बार अंदर बार आती होंगी सी अहमद हुन सच स्टोरी सुना पहले तो तू सुना ली स्टोरी हुन असली सच्ची स्टोरी सुनानी कदों तेरी उहदे नाल दोस्ती होई इरम नाल सर इरम दे घर दा ना 5 तो 6 साल तलक ही आ सी उधर मतलब मंगनी होने वाली सी जिंदी बाद मैं उन्होंने घर आना जाना ही आसा ठीक है इरम दे नाल है 5-6 महीने का तलक आती है सी ठीक है जिंदी बाद मैं मिलना जुलना ही आसा ठीक है इनके घर दे ने यही कहा सी कि मतलब कि तू इन मारेगा तेरी असं शादी करांगे ठीक है मैं उन्होंने पहले मना कर दिता ही आसी नहीं है तेरी जेदे ना शादी होनी सी उदे थ्रू ही किया होएगा ना हां जी उन्हें किया कुड़ी ने किया कि हाँ मेरी भाभी नु मार दे नहीं उन्होंने ये सास सोरे ने किया होया सी सर जी अच्छा हां जी ते जिंदी बाद मैं काम कीता होया सी फिर की कीता ओ कोई सालगिरह होईयां की होया लव स्टोरी सुना अपनी सारी अगलान तो पहले दे ला दस बस सर उन्होंने घर उन्हें फोन करके बुलाना करना जो इन्ने से होंगे ही है उन्हें फोन करके बुलाना करना तो मैं मिल के आना करना अच्छा फिर मैं अपने घर आना करना इंजे 5-6 महीने मैं मिलता रहा सच सच बोल हाँ जी नहीं सर 5-6 महीने मैं मिलता रहा अच्छा जी फिर जो इन्होंने इस्लामाबाद जाना ही आया ठीक है इन्होंने मैनू फोन करके घर बुलाया घर बुला के इन्होंने यह क्या जी तू इरम ना मारना ही आवे मैं इन्होंने मना कर दिया मैं इरम तो इन्दी ननान है दोवें बाहर कर दिता गया इन्हें अच्छा बच्चे समेत के तुम बाहर जाओ ते बाद च इन्होंने मैनू घर बुलाया इन्हें सास सहुरे ने ठीक उन्हें पता सी तेरे तल्लुकात है हाँ उन्होंने बाद च दसना तो उन्होंने घर बुलाया उन्होंने कहा जी तू इनू मारना ही आवे जे तू ना मारे तो असं अपनी कुड़ी ने तेरी शादी नहीं करनी ही है ठीक है जो तू मार देंगे असं अपनी कुड़ी ने तेरी शादी कर देंगे सानू पता चल गया तेरे इन्हें तल्लुकात ही है ने गल तेरे पहले तो तल्लक सी जी नाल उत्थे शादी भी करनी सी नाल उत्थे ओदी भाभी भी फसाई सी जी है गल दस ना ਉਹਦੇ ਨਾਲ ਪਹਿਲੇ ਨਹੀਂ ਸੱਚ ਬੋਲ ਰਿਹਾ ਸੀ ਸਰ ਜੀ ਪਹਿਲੇ ਹੀ ਬੋਲਿਆ ਹੈ ਪਹਿਲੇ ਤੇ ਤੂੰ 5-6 ਦਿਨ ਦੱਸ ਰਿਹਾ ਉਹਨਾਂ ਨੇ ਕਿਹਾ ਇਹਨੂੰ ਮਾਰ ਦੇਗਾ ਤੇਰੀ ਅਸੀਂ ਸ਼ਾਦੀ ਕਰ ਦਾਂਗੇ ਨਹੀਂ ਤਾਂ ਸਾਨੂੰ ਤੇਰੇ ਤਲੁਕਾਲਾਂ ਦਾ ਪਤਾ ਚੱਲ ਗਿਆ ਆਵੇ ਅੱਛਾ ਪਹਿਲੇ ਮਨ ਮਨਾ ਕਰਦੇ ਜਦੋਂ ਉਹਨਾਂ ਨੇ ਕਿਹਾ ਸਾਡੇ ਤੇ ਤੇਰੇ ਤਲੁਕਾਲਾਂ ਦਾ ਪਤਾ ਚੱਲ ਗਿਆ ਫਿਰ ਮਨਾਂ ਨੂੰ ਹਾਮੀ ਭਰ ਦਿੱਤੀ ਪਹਿਲੇ ਤੂੰ ਭਾਬੀ ਫਸਾਈ ਉਸ ਤੋਂ ਬਾਅਦ ਉਹਦੀ ਨੰਦ ਫਸਾਈ ਜੀ ਜੀ ਉਹ ਕਹਿੰਦ ਫਸਾਈ ਪਹਿਲੇ ਭਾਬੀ ਕਹਿੰਦ ਫਸਾਈ ਨਹੀਂ ਸਰ ਪਹਿਲੇ ਉਹਦਾ ਰਿਸ਼ਤਾ ਮੇਰਾ ਹੋਇਆ ਸੀ ਉਸ ਤੋਂ ਬਾਅਦ 5-6 महीने बाद मैं इन्हू सैट किया सर जी मैं इन्होंने घर जाना करना यह अक्सर पहले घर नहीं होंगे जो उन्होंने को पक्की पक्की आ गई ना तो फिर मैं इन्होंने घर जाना करना फिर इनके को जाके बह जाना करना तो फिर इन्हें ना मुलाकात वधनिया शुरू हो गई दोस्ती शुरू हो गई फिर इन्हें अक्सर अपने घर दे नंबर तो फोन करना करना तो इन्हें गलबात करके ना जो इन्हें कहना ना कि अगे पिछे चले गए इन्हें उदो इन्हें घर बुलाना करना तो इन्हें रजामंदी ने मैं सारा कुछ करना करना तो फिर मैं वापस चले जाना करना है जो इस्लामाबाद जाने तो पहले इन्होंने फोन करके घर बुलाया इन्होंने कहा तू इन्हों मारना जाए जो तो नहीं मारेगा सानू तेरे सारे तलुका पता चले गए तेरे उन्हें गलत तलुका ही है इन्हें तो फिर उन्होंने पिछले ला के मैं काम किया सही 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 फिर कैसा फखर वाला काम है नहीं सर की किया सर उन्होंने जानो मारन की कोशिश की जानो मार ही दिता जाए उन्होंने तो रब ने बचा लिया रब ने बचा लिया जी इतना की होना चाहिए सर सजा होनी चाहिए की सजा होनी चाहिए बस सर अपना मैं गुनाह किया या गुनाह की सजा मिलनी चाहिए है मिलनी चाहिए जी मैं सर तौबा तो बड़ी करना मैं सर जो भी किया इन्होंने करवाया या उन्होंने मगर चढ़े इन्होंने फड़न की कोशिश कर दे पे इन्हें अच्छा जी तन दस दी है पुलिस आके के बॉस ऐसी है करके आए नहीं सर प्यार के दिन करता सी तू प्यार सर मैं पहले इरम ना करना या सा फिर जदों
मैं उनके घर जाना शुरू कर दिता जो इरम उ आ गई तो फिर इरम के नाल मेरी दोस्ती होना शुरू हो गई जो दोस्ती हो गई तो फिर मैं इरम नूं प्यार करन लग पिया पहले भी इरम नूं करदा सी बाद च भी इरम नूं प्यार करन लग गया नहीं पहले पहले मैं सर उनकी नान नूं प्यार करना हुंदा सी जी इंज कर रहा सी तू नहीं सर मैं गलत कर रहा सी जिंदी वजह मैनूं सजा मिल रही है नाजरीन ये ऐसे होते हैं दरिंदे जो शक्ल से भी मासूम लगते हैं दाढ़ी भी उसने चेहरे पे रखी हुई है कोई घर में कहे कि कोई आम ही शख्स एक शरीफ बच्चा जो है वो आपके घर में मौजूद है लेकिन किसी को घर घुसाने से पहले ज़रूर देख लें कि किसी भी चेहरे में किसी उम्र के दरिंदा सिफ्त इंसान छुपा हो सकता है शैतान नुमा शख्स हो सकता है जो घर में घुस के वहाँ पर कुछ भी कर सकता है जिसने एक ही घर में उसकी नंद और भाभी दोनों को ही अपने जाल में फंसाया और उसके बाद एक को तो कत्ल ही कर दिया अपनी तरफ से आग लगा दी लेकिन उसकी सांसें बाकी थी उसने बचना था और इसने पकड़े जाना था और ये सारी बात सामने आनी थी तो ये आजकल हमारे हालात हैं ये कुछ हो रहा है इस मुआशरे में और किस तरह से हो रहा है किसी को भी घर में अगर आप दाखिल करते हैं तो उसके बाद नताइज इस तरह के ही आते हैं कि सजा होनी चाहिए कम अज कम तू अपने अलो की सोचते हैं तेरे ना की होना चाहिए सजा सर जी जो भी इन्होंने देती सर जी कबूल है गुनाह किया ही है मैं फैमिली तेरी सर फखर ना बुलंद हो गया उन्होंने नहीं सर वह भी इंज ही तेरा बाकी एक भरा जो भी इंज नहीं सर वो इंज का नहीं गया तेरे घर भी तो भैन है कोई तेरे घर इंज बढ़ जाए बंद है नहीं सर नहीं बंद नहीं बंद नहीं तू बढ़ सकता है किसी के घर नहीं सर दस कोई मैसेज दे लोकी वेख रहे उधर वेख के दस की करना चाहिए जो जो तू किता है वो करना चाहिए दस लोग नहीं सर नहीं करना चाहिए मशवरा दे ना ते भला होवे लोगां दा शायद तेरी वजह तो बस सर यही कहना चाहवांगा कि किसी नूं मतलब कि अपने घर इंज ना वारो शक्लां वेख के इंज ना वारो बाद चो ये काम करने पैंदे ही इन्हें